अपने अज कबोटा के स्टाल से नवा ट्रैक्टर लॉन्च करने वास्ते हल्के दाखे तो MLA सरदार मनप्रीत सिंह जी इयाली आ रहे ने, जो करके वो साढ़े पहला दो तीन प्रोडक्ट 45 HP फोर व्हील ड्राइव, 55 HP टू व्हील ड्राइव राइड ऑन मशीना मशीन झोने वाली पिछले लगभग 3-4 साल तो चला रहे हैं। साढ़े विचकार अज 3-speed ट्रैक्टर लॉन्च करने वास्ते वो आप आ रहे ने, ते अज इन्हां नूं असीं ट्रैक्टर दी एक दीआं चाबियां भी देवांगे। हाँ हल्का दाखा तो MLA मनप्रीत सिंह जी इयाली दे साढ़े विचकार पहुंचण ते असीं निक्की जी आया आखदे हां। अज एज ए फार्मर तौर पर कहते मैं थोड़े ना शिरकत करनी है, धन्यवाद वेलकम जी। सरदार मनप्रीत सिंह जी इयाली अज साडा 3-speed ट्रैक्टर लॉन्च करने वास्ते साढ़े स्टाल से आए ने, उन्होंने नाल मैं तहे दिलों धन्यवाद करूंगा। सरदार हरचरण सिंह टूर शेरपुर कला, वो मेरे क्लास फैलो ने, बड़े पुराने साढ़े आपस में रिलेशन ने, ते वो भी एक नाल आए ने, मैं उन्होंने नाल आई हुई समुची टीम का तहे दिलों धन्यवाद करदा। बड़े माण वाली गल आ भी ये ट्रैक्टर पहला
55 जीओ एक दे विच जिहड़ा ट्रैक्टर आउंदा सी ओह इह सरदार अयाली साहब ने खुद चलाया। इन्हां दीआं फेसबुक जां इंस्टाग्राम ते बहुत वीडियो उन्हां दीआं इन्हां दीआं वायरल होईआं ते असी इक मेन स्टैंडी भी असी इन्हां दी फेसबुक दे उत्ते चोरी करके बगैर दस्से तों इन्हां दी खेती करदिआं दी फोटो असी अज लाई आ। ते पुराना पहला ट्रैक्टर चलाउण दा इन्हां दा भी एक्सपीरियंस आ। असी अपने ट्रैक्टर जिहड़ा नवां 55 जीओ 2 अज लॉन्च करन जा रहे हैं जापान की कुबोटा कंपनी नंबर 1 इंडस्ट्री 1890 तो ओहदी विशेषताइयां साडे डेमोस्ट्रेटर मनप्रीत सिंह जी भी दसणगे। मनप्रीत सिंह जी अयाली जी नूं प्रकाश करदा रिक्वेस्ट करदा एक वारी ओह भी इह ट्रैक्टर उन्होंने हत्थी चलाया इन्हां बारे ओहदे की विचार ने आपां 2 मिंट लई इन्हां दी गल सुणांगे। ਮੋਟਾ ਦੀ ਸਾਰੀ ਟੀਮ ਨੂੰ ਵਧਾਈ ਦਿੰਦਾ ਕਿ ਅੱਜ ਜੋ MU 55 02 ਕਈ ਸਪੀਡ ਜਿਹੜਾ ਮੋਟਾ 55 horsepower ਜਿਹੜਾ ਅੱਜ ਲਾਂਚ ਕੀਤਾ ਗਿਆ ਤੋ ਉਹਦੀ ਵਧਾਈ ਤੁਹਾਨੂੰ ਸਾਰਿਆਂ ਨੂੰ ਕਿਉਂਕਿ ਐਸਾ ਟਾਈਮ ਆ ਜਿਹੜਾ ਕੰਪੀਟੀਸ਼ਨ ਦਾ ਟਾਈਮ ਆ ਬਹੁਤ ਸਾਰੇ ਟਰੈਕਟਰ ਇਹਦੇ ਮਾਰਕੀਟ ਦੇ ਵਿੱਚ ਆ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਖੇਤੀ ਨਾਲ ਅਸੀਂ ਜੁੜੇ ਹੋਏ ਹਾਂ ਛੋਟੀ ਉਮਰ ਤੋਂ ਟਰੈਕਟਰ ਚਲਾਉਂਦੇ ਰਹੇ ਹਾਂ ਅਤੇ ਸਮੇਂ ਦੇ ਨਾਲ ਬੜੀ ਟੈਕਨੋਲੋਜੀ ਹੈ ਜਿਹੜੀ ਇਹਦੇ ਵਿੱਚ ਜਿਹੜੇ ਪੁਰਾਣੇ ਟਰੈਕਟਰ ਹੁੰਦੇ ਸੀ ਉਹਨਾਂ 'ਤੇ ਅੱਜ ਦਾ ਬਹੁਤ ਅੰਤਰ ਆ। ਸੋ ਅੱਜ ਦੇ ਸਮੇਂ ਦੇ ਵਿੱਚ ਵੀ ਟਰੈਕਟਰ ਕੋਈ ਮਾੜਾ ਨਹੀਂ ਲੇਕਿਨ ਚੰਗਿਆਂ ਦੇ ਵਿੱਚੋਂ ਚੰਗਾ ਕਿਹੜਾ ਗੱਲ ਇਹ ਆ ਵੀ ਚੰਗਿਆਂ ਨੂੰ ਚੰਗਾ ਕਿਹੜਾ। ਸੋ ਅੱਜ ਮੇਰੇ ਕੋਲ ਕਾਫੀ ਟਰੈਕਟਰ ਨੇ ਤਕਰੀਬਨ ਜੋਨ ਡੀਅਰ ਵੀ ਨੇ ਬੀਸੀ ਵੀ ਨੇ ਬੀਸੀ ਸਾਡਾ ਫੇਵਰਟ ਟਰੈਕਟਰ ਹੈ ਮੇਰੇ ਫਾਦਰ ਦਾ ਵੀ ਮੇਰੇ ਕੋਲ ਤਕਰੀਬਨ 79 ਮਾਡਲ ਬੀਸੀ ਟਰੈਕਟਰ ਵੀ ਹੈ ਜਿਹੜਾ ਮੈਂ ਜੀਤੋ ਪਰ ਚਲਾਉਣਾ ਸਿੱਖਿਆ ਸੀ ਵੀ ਹੈਗਾ ਸਾਡੇ ਕੋਲ ਔਨਟ ਵੀ ਹੈਗੇ ਨੇ ਅਤੇ ਸੋਨਾਲੀਕਾ ਵੀ ਹੈਗਾ ਅਤੇ ਆਪਣਾ ਸਵਰਾਜ 855 ਵੀ ਹੈਗਾ ਸਾਰੇ ਟਰੈਕਟਰ ਹੈਗੇ ਨੇ ਲੇਕਿਨ ਇਹਦੀ ਹੁਣ ਲੇਟੈਸਟ ਸਾਡੇ ਕੋਲ ਪ੍ਰੋਡਕਟ ਬਹੁਤ ਆ ਰਹੀ ਹੈ ਇਹ ਤਕਰੀਬਨ ਸਾਰਿਆਂ ਨਾਲੋਂ ਬੈਸਟ ਟਰੈਕਟਰ ਆ। ਇਹਦੇ 2-3 ਕਾਰਨ ਨੇ, ਇੱਕ ਤਾਂ ਜਿਹੜੀ ਇਹਦੀ ਰਿਪੇਅਰ ਸਭ ਤੋਂ ਘੱਟ ਆ, ਦੂਸਰਾ ਜਿਹੜਾ ਇਹਦਾ ਖਰਚਾ ਤੇਲ ਦਾ ਉਹ ਸਾਰੇ ਨਾਲ ਘੱਟ ਆ, ਅਤੇ ਦੂਸਰਾ ਜਿਹੜੀ ਇਹਦੀ ਵਾਈਬ੍ਰੇਸ਼ਨ ਜਿਹੜੀ ਇਹਦੀ ਆਵਾਜ਼ ਆ ਅਤੇ ਜਿਹੜਾ ਚਲਾਉਣ ਲਈ ਟਰੈਕਟਰ ਸਾਰਿਆਂ ਨਾਲੋਂ ਜਿਹੜਾ ਇਹ ਅੱਜ ਬੈਸਟ ਟਰੈਕਟਰ ਹੈਗਾ ਇਸ ਲਈ। ਸੋ ਦੂਸਰੇ ਵੀ ਜਿਹੜੇ ਟਰੈਕਟਰ ਨੇ ਠੀਕ ਆ, ਸਾਰੇ ਵਧੀਆ ਕੰਮ ਕਰਦੇ, ਲੇਕਿਨ ਮੈਂ ਪਹਿਲਾਂ ਗੱਲ ਕੀਤੀ ਸੀ ਕਿ ਵਧੀਆ 'ਚੋਂ ਵਧੀਆ, ਅਤੇ ਅੱਜ ਇਸ ਨੂੰ ਆਪਾਂ ਕਹਿ ਸਕਦੇ ਹਾਂ ਕਿਉਂਕਿ ਜਪਾਨ ਜਿਹੜੀ ਕੰਟਰੀ ਆ ਉਹਨਾਂ ਦੀਆਂ ਦਿੱਲੀਆਂ ਵੀ ਹੁਣ ਤੱਕ ਵਹੀਕਲ ਆਏ ਨੇ ਅਤੇ ਮੇਰਾ ਖਿਆਲ ਆ ਵੀ ਉਹਨੂੰ ਟੌਪ ਹੀ ਕੀਤਾ ਜਿਹੜੀ ਵੀ ਉਹ ਕਾਰ ਬਣਾਉਂਦੇ ਆ ਚਾਹੇ ਟਰੈਕਟਰ ਬਣਾਉਂਦੇ ਆ ਚਾਹੇ ਕੁਛ ਵੀ ਬਣਾਉਂਦੇ ਆ। ਸੋ ਉਹ ਹਮੇਸ਼ਾ ਟੌਪ 'ਤੇ ਜਾਂਦਾ। ਸੋ ਜਿਸ ਤਰ੍ਹਾਂ ਹੋਰ ਵੀ ਉਹਨਾਂ ਦੀਆਂ ਗੱਡੀਆਂ ਚਾਹੇ ਟੋਇਟਾ ਦੀਆਂ ਨੇ ਅਤੇ ਜੋ ਵੀ ਆਈਆਂ ਨੇ ਉਹਨਾਂ ਨੇ ਵਧੀਆ ਪਰਫੋਰਮੈਂਸ ਦਿੱਤੀ ਆ, ਕਿਉਂਕਿ ਪੁਰਾਣਾ ਸਮਾਂ ਸੀ ਕਿ ਉਦੋਂ ਟਰੈਕਟਰ ਵਿਸਟ ਵੀ ਨਹੀਂ ਜਾਂਦੇ ਸੀਗੇ, ਖਰਾਬ ਹੋ ਜਾਂਦੇ ਸੀ, ਲੇਕਿਨ ਅੱਜ ਟਰੈਕਟਰ ਛੇਤੀ ਕਿਤੇ ਖਰਾਬ ਨਹੀਂ ਹੁੰਦੇ। ਲਾਈਫ ਇਹਨਾਂ ਦੀ ਬਹੁਤ ਆ, ਇੰਜਨ ਦੀ ਲਾਈਫ ਬਹੁਤ ਆ, ਪੰਪ ਦੀ, ਉਹ ਸਾਰੇ ਕਿਸੇ ਦੀ, ਕਿਉਂਕਿ ਜਿਹੜੀ ਲੇਟੈਸਟ ਟੈਕਨੋਲੋਜੀ ਆ ਹੁਣ। ਸੋ ਇਸ ਲਈ ਮੈਂ ਵਧਾਈ ਦਿੰਦਾ ਅਤੇ ਮੈਂ ਆਸ ਕਰਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਟਰੈਕਟਰ ਆ ਜਿਹੜਾ ਇਹ ਬਹੁਤ ਬਹੁਤ ਕਾਮਯਾਬ ਹੋਊਗਾ। ਅਤੇ ਬਾਕੀ ਵੀ ਜਿਹੜੇ ਟਰੈਕਟਰ ਨੇ ਮੇਰੀ ਕਿਸੇ ਨਾਲ ਕੋਈ ਨਹੀਂ, ਮੇਰੇ ਕੋਲ ਤਾਂ ਕਾਫੀ ਕੰਪਨੀ ਦੇ ਟਰੈਕਟਰ ਨੇ, ਕੋਈ ਨਾਰਾਜ਼ ਨਾ ਹੋਵੇ ਸਾਡੀ ਮਦਦ ਨਹੀਂ ਗੱਲ ਨਹੀਂ ਕਰਦੇ, ਸਾਰੇ ਆਪਣੀ ਜਗ੍ਹਾ ਵਧੀਆ ਕੰਮ ਕਰ ਰਹੇ ਆ। ਲੇਕਿਨ ਮੈਂ ਫਿਰ ਤੁਹਾਨੂੰ ਸਾਰਿਆਂ ਨੂੰ ਇਸ ਮੌਕੇ 'ਤੇ ਵਧਾਈ ਦਿੰਦਾ ਕਿ ਮੋਟਾ ਦੀ ਜਿਹੜੀ ਆਪਣੀ ਬੈਡੀ ਪਲਾਂਟ ਆ ਉਹ ਵੀ ਕਾਫੀ ਸਾਲਾਂ ਤੋਂ ਅਸੀਂ ਵੱਧ ਰਹੇ ਹਾਂ, ਸੋ ਉਹ ਵੀ ਬੜੀ ਕਾਮਯਾਬ ਆ, ਕਿਉਂਕਿ ਪਿਛਲੇ ਸਮੇਂ 'ਚ ਬੜੀ ਸ਼ੋਰਟੇਜ ਆ ਗਈ ਸੀ ਲੇਬਰ ਦੀ ਕਰੋਨਾ ਕਰਕੇ, ਉਸ ਸਮੇਂ ਵੀ ਬੜੀ ਡਿਮਾਂਡ ਰਹੀ ਆ ਇਸਦੀ ਬੈਡੀ ਪਲਾਂਟਰ ਦੀ ਅਤੇ ਹੋਰ ਵੀ ਆਈਆਂ। ਲੇਕਿਨ ਜਿਹੜੀ ਮੋਟਾ ਦਾ ਬੈਡੀ ਪਲਾਂਟਰ ਆ ਉਹਦਾ ਕੋਈ ਨਾ ਵੱਧਦਾ ਨਾ ਕੋਈ ਮੁਕਾਬਲਾ, ਸੋ ਵਧੀਆ ਸਾਰੀ ਜਿਹੜੇ ਇਹਨਾਂ ਦੇ ਜਿਹੜਾ ਛੋਟਾ ਟਰੈਕਟਰ ਆ ਜਿਹੜਾ ਆਗਾ ਦੇ ਵਿੱਚ ਸਭ ਤੋਂ ਪਹਿਲਾਂ ਉਹੀ ਆਇਆ ਸੀ ਇੰਡੀਆ ਦੇ ਵਿੱਚ, ਉਹੀ ਸਭ ਤੋਂ ਪਹਿਲਾਂ ਲਾਂਚ ਹੋਇਆ ਸੀ ਅਤੇ ਉਹ ਬੜਾ ਕਾਮਯਾਬ ਰਿਹਾ। ਹਾਲਾਂਕਿ ਸਾਡੇ ਪੰਜਾਬ 'ਚ ਵੀ ਜ਼ਿਆਦਾ ਸਾਊਥ ਦੇ ਵਿੱਚ ਟਰੈਕਟਰ ਵਿਕਿਆ, ਲੇਕਿਨ ਉਹਦੀ ਬੜੀ ਵਧੀਆ ਪਰਫੋਰਮੈਂਸ ਉਸ ਤੋਂ ਬਾਅਦ ਹੌਲੀ ਹੌਲੀ ਇਹ ਟਰੈਕਟਰ ਜਿਹੜੇ ਇਹਨਾਂ ਦੇ ਪਹਿਲਾਂ ਦਿੱਸੇ ਬੜੇ ਕਮਜ਼ੋਰ ਸੀਗੇ, ਕਿਉਂਕਿ ਅਸੀਂ ਸਾਡਾ ਅਤੇ ਜਿਹੜਾ ਬਾਹਰ ਲੋਕਾਂ ਦਾ ਬੜਾ ਫਰਕ ਹੈਗਾ, ਸਾਡੀਆਂ ਜਿਹੜੀਆਂ ਇੱਥੇ ਅਸੀਂ ਟਰਾਲੀਆਂ ਨੇ ਵੀ ਟਰਾਲੀਆਂ ਬੜਾ ਹਿੱਸਾ ਇਹਨਾਂ ਦਾ ਕਾਫੀ ਕਮਜ਼ੋਰ ਸੀਗਾ, ਕਿਉਂਕਿ ਅਸੀਂ ਉਦੋਂ ਟ੍ਰੇਨ ਕੀਤੀ ਸੀ ਉਹਨਾਂ ਨੂੰ ਟਰਾਈ ਵੀ ਸਾਡੇ ਕੋਲ ਡੈਮੋ ਆਇਆ ਸੀਗਾ। ਲੇਕਿਨ ਹੁਣ ਸਮੇਂ ਸਮੇਂ 'ਤੇ ਸਾਰੀ ਜਿਹੜੀਆਂ ਕੰਪਨੀਆਂ ਨੇ ਉਹ ਹਰ ਟਰੈਕਟਰ ਦੇ ਵਿੱਚ ਸਮੇਂ ਦੇ ਨਾਲ ਉਹਦੇ ਵਿੱਚ ਕੁਝ ਨਾ ਕੁਝ ਹੋਰ ਜਿਹੜੀ ਇੱਥੋਂ ਫੀਡਬੈਕ ਆਉਂਦੀ ਹੈ ਕਿਸਾਨਾਂ ਤੋਂ ਉਹ ਕਰਦੀਆਂ ਰਹਿੰਦੀਆਂ ਨੇ, ਇਸ ਲਈ ਇਹਨਾਂ ਨੇ ਵੀ ਕਾਫੀ ਜਿਹੜੀਆਂ ਚੇਂਜਿਸ ਲਿਆਉਂਦੀਆਂ ਨੇ
ਸਾਡੇ ਇੱਥੇ ਦੇ ਮੁਤਾਬਕ ਹਰ ਦੇਸ਼ ਦਾ ਜਿਹੜਾ ਵੱਖਰਾ ਉੱਥੋਂ ਦਾ ਢਾਂਚਾ ਖੇਤੀ ਦਾ ਸਟਾਈਲ ਹੈਗਾ ਉਹਦੇ ਮੁਤਾਬਕ ਜਿਹੜੀ ਅੱਜ ਚਾਹੇ ਇਹ ਵੱਡੀਆਂ ਕੰਪਨੀਆਂ ਨੇ ਸਾਰੀ ਦੁਨੀਆ ਦੇ ਵਿੱਚ ਹੀ ਟਰੈਕਟਰਾਂ 'ਤੇ ਜਾਂਦੇ ਆ ਲੇਕਿਨ ਹਰ ਜਗ੍ਹਾ ਉੱਥੋਂ ਦੀ ਲੋੜ ਮੁਤਾਬਕ ਉੱਥੋਂ ਦੇ ਸਿਸਟਮ ਦੇ ਮੁਤਾਬਕ ਇਹਨਾਂ ਨੂੰ ਜਿਹੜੀਆਂ ਇਹਦੇ ਵਿੱਚ ਅਮੈਂਡਮੈਂਟਸ ਨੇ ਜਿਹੜੀਆਂ ਉਹ ਕਰਕੇ ਭੇਜੀਆਂ ਨੇ ਉਹ ਇਹਨਾਂ ਨੇ ਵਧੀਆ ਕੀਤੀਆਂ ਨੇ ਸੋ ਮੈਂ ਫਿਰ ਤੁਹਾਡਾ ਸਾਰਿਆਂ ਦਾ ਹੀ ਧੰਨਵਾਦ ਕਰਦਾ ਮੈਂ ਵਧਾਈ ਦਿੰਦਾ ਅੱਜ ਉਹ ਟਰੈਕਟਰ ਲਾਂਚ ਕੀਤਾ ਗਿਆ ਅਟਰੈਕਟਿਵ ਬਣਾਤਾ ਪਹਿਲਾਂ ਵੀ ਥੋੜ੍ਹੀ ਪਹਿਲਾਂ ਨੈਰੋ ਸੀਗੀ ਹੁਣ ਐਂਗਲ ਵਾਈਡ ਕਰਤਾ ਜਿਵੇਂ ਦੂਜੀਆਂ ਚੀਜ਼ਾਂ ਸੀਗੀਆਂ ਫੇਅਰ ਤੇ ਜਿੰਨਾ ਵਗੈਰਾ ਥੋੜ੍ਹਾ ਤੇ ਕਲਿੱਪ ਆਉਂਦੇ ਸੀਗੇ ਆਹ ਚੀਜ਼ ਥੱਲੇ ਨਹੀਂ ਸੀ ਹੁੰਦੀ ਜਾਂ ਤਾਂ ਐਕਸਟ੍ਰੈਕਸ਼ਨ ਦੇ ਕਰਨੀ ਹੁੰਦੀ ਸੀਗੀ ਤਾਂ ਹੁਣ ਕੰਪਨੀ ਨੇ ਈਜ਼ੀਲੀ ਓਪਨ ਕਰ ਦਿੱਤਾ ਕਈ ਵਾਰੀ ਧਿਆਨ ਨਹੀਂ ਆਉਂਦਾ ਹੈਗਾ ਇਹਦੀ ਸੰਸਕਰਣ ਬਾਕੀ ਦਾ ਸੇਮ ਹੈ ਫੋਨ ਟ੍ਰੇਨ ਦੀ ਜਿਹੜੀ ਕਟਾਈ ਆ ਇਹ ਆਪਣੇ ਕਬੂਤਰਾਂ ਦੀ ਸਾਰਿਆਂ ਨੂੰ ਜਾਵੇ ਆ ਅਤੇ ਬਾਕੀ ਜਿਹੜੀਆਂ ਸਪੀਡਾਂ ਆਈਆਂ ਉਹ ਸੀਗੀਆਂ 12+4 ਆਪਣੇ ਟਰੈਕਟਰ ਦੇ ਵਿੱਚ ਕੋਈ ਵੀ ਕੰਪਲੇਂਟ ਨਹੀਂ ਸੀ ਮਾਰਕੀਟ ਦੇ ਵਿੱਚ ਬਸ ਇਹੀ ਸੀਗਾ ਵੀ ਜਿਹੜਾ ਤੁਹਾਡਾ ਟਰੈਕਟਰ ਉਹ 3 ਸਪੀਡ ਹੋਣਾ ਚਾਹੀਦਾ ਹੁਣ ਆਪਣਾ ਟਰੈਕਟਰ 12+4 ਸਪੀਡਾਂ ਦੇ ਵਿੱਚ ਆ ਰਿਹਾ ਜਿਹੜੀ ਦੂਜੀ ਕੰਪਨੀ ਹੈ ਟਰੈਕਟਰ ਦੇ ਹਾਈ ਲੈਵਲ ਦੇ ਰਾਈਸ ਉਹ 12+3 ਸਪੀਡਾਂ ਦੇ ਵਿੱਚ ਜਿਵੇਂ ਕਈ ਕਹਿੰਦੇ ਏ ਬੀ ਥੋੜਾ ਮਗਰ ਹੀ ਜਾ ਰਿਹਾ ਬਲੈਕ ਇਹਦੀਆਂ 4 ਹਾਈ ਦੀਆਂ 4 ਲੋ ਦੀਆਂ 4 ਬਸ ਦੀਆਂ 4 ਮੀਡੀਅਮ ਦੀਆਂ 2 ਸਪੀਡਾਂ ਤੇ ਬਾਕੀ ਇਹਨਾਂ ਦੇ ਜਿਹੜੀ ਸੀਟ ਤੁਸੀਂ ਬੈਠੇ ਹੋ ਪਹਿਲਾਂ ਨਾਲ ਬਹੁਤ ਕੰਮ ਕਰਦਾ ਮੋਬਾਈਲ ਚਾਰਜਿੰਗ ਦੇ ਤਾਂ ਹਾਂਜੀ ਮੋਬਾਈਲ ਚਾਰਜਿੰਗ ਦੇਤਾ ਜੀ ਕਈ ਵਾਰੀ ਉਹ ਸੀਜ਼ਨ ਲੋਨ ਜਾਂਦੀ ਹੈ ਸ਼ੋਰਟ ਆਉਂਦਾ ਸੀਗਾ ਜਿਹਦੇ ਕਰਕੇ ਡਰਾਈਵਰ ਨੂੰ ਆਪਣਾ ਹਾਈ ਲੋ ਕਰਨਾ ਔਖਾ ਹੁੰਦਾ ਸੀਗਾ ਜਾਪੀ